किसान जत्थेबंदियां वालों जिथे पूरे ही भारत विच केंद्र सरकार खिलाफ धरना लगा के रोस प्रदर्शन किया जा रहा है। उत्थे ही गुरदासपुर के रेलवे स्टेशन उत्ते पटरियां ते बैठ के किसानों वालों केंद्र सरकार खिलाफ रोस प्रदर्शन किया गया। देखो पूरी रिपोर्ट। देखो जी, अज 4 घंटे का रेल रोको अंदोलन जिहड़ा पूरे लगभग ते मेरा पूरे भारत नहीं ते पंजाब च पंजाब पूरे जिहड़ा वा उह बंद होगा। संयुक्त मोर्चे की कॉल ही ते जिहड़ी साडे नाल वादा खिलाफी की है सेंटर सरकार ने उहदे संबंध च रोस धरना है। पंजाब च रेल रोको ते बाकी पंजाब दी जिहड़ियां बस टिकटां उहनां दे चक्का जाम आ सड़कां जाम आ। मुख मंगा इहो ही आ वी जिहड़े लखीमपुर दे खीरी आ उहनां नूं इंसाफ दवाया जावे। ਜਿਹੜੇ ਖੀਰੀ 'ਚ ਸਾਡੇ ਸ਼ਹੀਦ ਹੋਏ ਆ ਕਿਸਾਨ ਵੀਰ, ਜਿਹੜੇ ਕਿਸਾਨ ਸਾਡੇ ਉੱਥੇ ਸ਼ਹੀਦ ਹੋਏ ਉਹਨਾਂ ਨੂੰ 5-5 ਲੱਖ ਰੁਪਈਆ ਅਤੇ ਇੱਕ ਇੱਕ ਨੌਕਰੀ ਇਹ ਸਰਕਾਰ ਨੇ ਮੰਨੀ ਸੀ। ਉਹ ਵੀ ਅਜੇ ਕੁਛ ਸਾਡੇ ਲਗਭਗ ਪੰਜਾਬ ਸਰਕਾਰ ਦੇ ਵੀ ਅਤੇ ਸੈਂਟਰ ਸਰਕਾਰ ਦੇ ਵੀ ਅਜੇ ਤੱਕ ਰਹਿਣ ਡੇ ਆ। ਉਹ ਵੀ ਜਿਹੜੀਆਂ ਮੰਗਾਂ ਸਾਡੀਆਂ ਉਹ ਮੰਨੀਆਂ ਜਾਣ, ਜੋ ਕਿ ਸਾਡੇ ਲਗਭਗ 750 ਦੇ ਲਾਗੇ ਕਿਸਾਨ ਸ਼ਹੀਦ ਹੋਇਆ ਅਤੇ ਉਹਨਾਂ ਦੇ ਜਿਹੜੇ ਪਰਿਵਾਰਾਂ ਨੂੰ ਅਜੇ ਤੱਕ ਨੌਕਰੀਆਂ ਅਤੇ 5-5 ਲੱਖ ਰੁਪਈਆ ਦੇਣ ਵਾਲਾ ਰਹਿੰਦਾ ਉਹ ਮੰਨਿਆ ਸੀ ਸਰਕਾਰ ਨੇ, ਉਹ ਵੀ ਨਹੀਂ ਅਜੇ ਦਿੱਤਾ ਗਿਆ। ਉਹ ਵੀ ਵਾਅਦਾ ਖਿਲਾਫੀ ਹੋਈ ਆ। MSP ਦੀ ਗਰੰਟੀ ਦੀ ਜਿਹੜੀ ਵੀ ਕਾਨੂੰਨ ਬਣਾਵਾਂਗੇ ਉਹਦੇ ਵਾਸਤੇ ਕਮੇਟੀ ਗਠਨ ਕਰਾਂਗੇ ਅਤੇ ਉਹਦੇ ਕਾਨੂੰਨ ਬਣਾਵਾਂਗੇ, ਪਰ ਕਮੇਟੀ ਦੇ ਵਿੱਚ ਸਿਰਫ ਉਹਨਾਂ ਨੇ 3 ਬੰਦੇ ਇਹ ਕਹੇ ਆ ਵੀ ਸਾਨੂੰ ਦਿਓ। ਇਹ ਕਰਕੇ ਸੰਯੁਕਤ ਮੋਰਚੇ ਨੇ ਨਾਂਹ ਕੀਤੀ ਆ ਵੀ ਅਸੀਂ 3 ਬੰਦੇ ਨਹੀਂ ਦੇਵਾਂਗੇ, ਕਮੇਟੀ ਜਿਹੜੀ ਉਹ ਕਿਸਾਨਾਂ ਦੇ ਹਿਸਾਬ ਨਾਲ ਬਣੇ ਅਤੇ ਫਿਰ ਅਸੀਂ ਕਮੇਟੀ ਦੇ ਵਿੱਚ ਜਿਹੜਾ ਉਹ ਐਂਟਰ ਕਰਾਂਗੇ। ਲਖੀਮਪੁਰ ਖੀਰੀ ਦੇ ਵਿੱਚ ਸਾਨੂੰ 17, 18 ਅਤੇ 19 75 ਘੰਟੇ ਦਾ ਧਰਨਾ ਸਾਡਾ ਇਨਸਾਫ ਵਾਸਤੇ ਵੀ ਜਿਹੜੀ ਸਾਡੇ ਉੱਥੇ ਗਵਾਹਾਂ ਨੂੰ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਆ ਕਿਸਾਨ ਉਹਨਾਂ ਦੇ ਘਰਾਂ ਨੂੰ ਦੌਕੇ ਵੱਜਣ ਡੇ ਆ ਅਤੇ ਜਿਹੜੇ ਜਿਹਨੇ ਮਾਰੇ ਸੀ ਲੋਕ ਉਹ ਜਮਾਨਤੀ ਆ ਕੇ ਬਾਹਰ ਬੈਠਾ ਉਹਦੇ ਸੰਬੰਧ ਵਿੱਚ 75 ਘੰਟੇ ਧਰਨਾ ਜਿਹੜਾ ਲਖੀਮਪੁਰ ਖੀਰੀ ਲੱਗੂਗਾ। ਹਾਂਜੀ, ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਇਹੋ ਸੰਦੇਸ਼ ਆ ਵੀ ਇਹ ਫਿਰ ਬਾਰਡਰਾਂ 'ਤੇ ਜਾ ਸਕਦੇ ਆ, ਲੰਮਾ ਵੱਡਾ ਅੰਦੋਲਨ ਕਰ ਸਕਦੇ ਆ, ਇਹਨਾਂ ਨਾਲ ਬਹਿ ਕੇ ਫੈਸਲਾ ਕੀਤਾ ਜਾਵੇ ਅਤੇ ਜਿਹੜੇ ਹੱਕ ਉਹ ਦਿੱਤੇ ਜਾਣ, ਨਹੀਂ ਤਾਂ ਦੁਬਾਰਾ ਇਹ ਇੱਥੋਂ ਸਟੇਸ਼ਨਾਂ ਤੋਂ ਅੱਗੇ ਤੁਰਿਆ ਸੀ ਅਤੇ ਤੁਰਿਆ ਤੁਰਿਆ ਦਿੱਲੀ ਦੇ ਬਾਰਡਰ ਤੱਕ ਗਿਆ ਸੀ ਅਤੇ ਦੁਬਾਰਾ ਵੀ ਜਾ ਸਕਦਾ। ਕਿਸਾਨ ਅਜੇ ਥੱਕਿਆ ਨਹੀਂ ਗਾ, ਜਿੰਨਾ ਚਿਰ ਆਪਣੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਉਨਾ ਚਿਰ ਬਹਿਣਗੇ ਨਹੀਂ। ਹਾਂਜੀ ਜੀ, ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇ ਸੱਦੇ ਦੇ ਉੱਤੇ ਜਿਹੜਾ ਰੇਲ ਰੋਕੋ ਅੱਜ ਅੰਦੋਲਨ ਆ, ਅਸੀਂ ਗੁਰਦਾਸਪੁਰ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਵਾ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਵਾ ਰੇਲਵੇ ਟਰੈਕ ਜਾਮ ਕੀਤੇ ਹੋਏ ਆ। ਸੰਯੁਕਤ ਕਿਸਾਨ ਮੋਰਚਾ ਜਿਹੜਾ ਗੁਰਦਾਸਪੁਰ ਦੀ ਟੀਮ ਅਤੇ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਜਿਵੇਂ ਕਿ ਪਹਿਲੇ ਦਿਨ ਤੋਂ ਹੀ ਆਪਾਂ ਜਦੋਂ ਪਹਿਲੇ 20 ਸਤੰਬਰ ਤੋਂ ਜਿਹੜਾ ਸੰਘਰਸ਼ ਚੱਲਿਆ ਸੀ ਉਦੋਂ ਤੋਂ ਹੀ ਸਾਥ ਦੇ ਰਹੇ ਹਾਂ ਅਤੇ ਅੱਜ ਵੀ ਸਾਡੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅਤੇ ਅਸੀਂ ਸ਼ਮੂਲੀਅਤ ਕੀਤੀ ਆ ਅਤੇ ਅਸੀਂ ਸਰਕਾਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਵਾਅਦੇ ਕੀਤੇ ਸੀਗੇ ਜਦੋਂ ਉੱਥੋਂ ਦਿੱਲੀ ਤੋਂ ਧਰਨਾ ਚੁੱਕਿਆ ਕਿ MSP ਦੀ ਕਮੇਟੀ ਬਣਾਈ ਜਾਵੇਗੀ, MSP ਦਿੱਤੀ ਜਾਵੇਗੀ, ਜਿਹੜੇ ਸ਼ਹੀਦ ਪਰਿਵਾਰ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ਉੱਤੇ ਪਰਚੇ ਹੋਏ ਆ ਉਹ ਪਰਚੇ ਰੱਦ ਕੀਤੇ ਜਾਣਗੇ, ਪਰ ਉਹ ਸਰਕਾਰ ਜਿਹੜੀ ਉਹਨਾਂ ਵਾਅਦਿਆਂ ਤੋਂ ਮੁੱਕਰ ਗਈ ਆ ਜਿਹਦੇ ਖਿਲਾਫ ਜਿਹੜਾ ਫਿਰ ਦੁਬਾਰਾ ਜਿਹੜਾ ਇਹ ਧਰਨਾ ਸ਼ੁਰੂ ਹੋ ਗਏ ਨੇ ਅਤੇ ਅਸੀਂ ਜਿਹੜਾ ਜੋ ਵੀ ਕਿਸਾਨ ਜਥੇਬੰਦੀਆਂ ਪ੍ਰੋਗਰਾਮ ਲਿਖਣਗੀਆਂ ਸੰਯੁਕਤ ਮੋਰਚਾ ਸਾਥ ਦਿੰਦੇ ਰਹਾਂਗੇ ਸਾਬਕਾ ਸੈਨਿਕਾਂ ਵੱਲੋਂ। ਸੰਯੁਕਤ ਮੋਰਚੇ ਦੀ ਕਾਲ ਦੇ ਉੱਪਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਟ੍ਰੇਨਾਂ ਰੋਕਣ ਲਈ ਇੱਥੇ ਪਹੁੰਚੀਆਂ ਨੇ। ਸੰਯੁਕਤ ਕਿਸਾਨ ਮੋਰਚੇ ਦੀ 3 ਜੁਲਾਈ ਨੂੰ ਗਾਜ਼ੀਆਬਾਦ 'ਚ ਮੀਟਿੰਗ ਹੋਈ ਸੀ, ਉਹਦੇ 'ਚ ਫੈਸਲਾ ਕੀਤਾ ਗਿਆ ਸੀ ਕਿ ਮੋਦੀ ਦੀ ਸਰਕਾਰ ਜਿਹੜਾ ਆਪਣੇ ਕੀਤੇ ਹੋਏ ਤੋਂ ਪਿੱਛੇ ਜਾ ਰਿਹਾ, ਮੋਦੀ ਦੀ ਸਰਕਾਰ ਨੂੰ ਝਟਕਾ ਦੇਣ ਲਈ 31 ਜੁਲਾਈ ਵਾਲੇ ਦਿਨ ਸਾਰੇ ਦੇਸ਼ ਵਿੱਚ ਟ੍ਰੇਨਾਂ ਜਾਮ ਕੀਤੀਆਂ ਜਾਣ, ਉਹਦੇ ਪਰਥਾਏ ਅੱਜ ਸਾਰੇ ਦੇਸ਼ ਵਿੱਚ ਟ੍ਰੇਨਾਂ ਲੋਕ ਜਾਮ ਕਰਨ ਜਾ ਰਹੇ ਆ। ਉਸ ਤੋਂ ਅਗਲੀ ਗੱਲ ਕਿ ਜਿਹੜਾ MSP ਦਾ ਸਵਾਲ ਸੀ ਉਹਦੇ ਤੋਂ ਮੋਦੀ ਦੀ ਸਰਕਾਰ ਪਿੱਛੇ ਜਾ ਰਹੀ ਆ। ਸਾਡਾ ਸੰਯੁਕਤ ਮੋਰਚਾ ਜਿਹੜੀ ਮੋਦੀ ਦੀ ਸਰਕਾਰ ਨੇ MSP ਦੇ ਸੰਬੰਧ ਵਿੱਚ ਕਮੇਟੀ ਬਣਾਈ ਆ ਉਹਨੂੰ ਪੂਰੀ ਤਰ੍ਹਾਂ ਰੱਦ ਕਰਦੀ ਆ। ਇਸ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਹੈ 18, 19 ਅਤੇ 20
20 तरीक नू लखीमपुर खीरी धरने से जा रहे हैं ता कि मोदी की सरकार नू इस गल का एहसास हो सके कि असी अपनी गल करके अपनी गल तो पिछे हटे हाँ जदों कि असी उन्हें हटन नहीं जाते।